ਬਿਲਕੁਲ ਕਿ ਜਿਵੇਂ ਮੈਨੂੰ 22 ਸਾਲ ਦੀ ਛੋਟੀ ਉਮਰ ਦੇ ਵਿੱਚ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਦੀ ਨੁਮਾਇੰਦਗੀ ਲਈ ਚੁਣਿਆ ਹੈ ਅਤੇ ਇਸ ਲਈ ਮੈਂ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਮੇਰੇ ਕੋਲ ਅਜਿਹੇ ਕੋਈ ਸ਼ਬਦ ਨਹੀਂ ਕਿ ਮੈਂ ਪਿੰਡ ਵਾਸੀਆਂ ਦਾ ਜੋ ਮਾਣ ਸਤਿਕਾਰ ਮੈਨੂੰ ਬਖਸ਼ਿਆ ਹੈ ਕਿ ਉਹਦਾ ਉਹਨਾਂ ਦਾ ਧੰਨਵਾਦ ਕਰ ਸਕਾਂ ਮੈਂ। ਨਸ਼ਾ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ, ਕਹਿੰਦੇ ਕਿ 6ਵਾਂ ਦਰਿਆ ਨਸ਼ਾ ਦਾ ਜਿਹੜਾ ਪੰਜਾਬ 'ਚ ਵਗਦਾ, ਕਿਸ ਤਰ੍ਹਾਂ ਰੋਕਿਆ ਜਾਊ ਪਿੰਡ ਵਿੱਚ? ਬਿਲਕੁਲ ਜੀ, ਇਸ ਤੋਂ ਆਪਾਂ ਭਲੀ ਭਾਂਤ ਜਾਣੂ ਹਾਂ ਕਿ ਪੰਜਾਬ ਦੇ ਵਿੱਚ ਨਸ਼ੇ ਬਿਲਕੁਲ ਬਹੁਤ ਹੀ ਰੈਪਿਡਲੀ ਇਨਕਰੀਜ਼ ਹੋ ਰਹੇ ਨੇ, ਇਸ ਕਰਕੇ ਮੇਰੇ ਪਿੰਡ ਵਿੱਚ ਵੀ ਨਸ਼ਾ ਹੈ। ਇਹੋ ਜਿਹਾ ਮੈਨੂੰ ਨਹੀਂ ਲੱਗਦਾ ਪੰਜਾਬ 'ਚ ਅਜਿਹਾ ਕੋਈ ਪਿੰਡ ਹੋਊਗਾ ਜਿੱਥੇ ਕੋਈ ਨਸ਼ਾ ਨਹੀਂ ਹੋਊਗਾ। ਬਿਲਕੁਲ ਮੇਰੇ ਪਿੰਡ ਵਿੱਚ ਇੰਨਾ ਜ਼ਿਆਦਾ ਨਸ਼ਾ ਨਹੀਂ ਹੈ, ਕਿਉਂਕਿ ਮੇਰੇ ਪਿੰਡ ਵਿੱਚ 6 ਕਿੱਲਿਆਂ ਦਾ ਗਰਾਊਂਡ ਮੌਜੂਦ ਹੈ ਜਿਹਦੇ ਵਿੱਚ 400 ਮੀਟਰ ਦਾ ਟਰੈਕ, ਫੁੱਟਬਾਲ ਦਾ ਗਰਾਊਂਡ, ਵਾਲੀਬਾਲ ਦਾ ਗਰਾਊਂਡ, ਬਾਸਕਟਬਾਲ ਕੋਰਟ, ਅਤੇ ਜਿਹਦੇ ਵਿੱਚ ਜਿਮ ਹੈ, ਅਤੇ ਲਗਭਗ 100 ਤੋਂ ਪਲੱਸ ਨੌਜਵਾਨ ਉਸ ਮੇਰੇ ਗਰਾਊਂਡ ਵਿੱਚ ਸ਼ਾਮ ਨੂੰ ਸ਼ਾਮਿਲ ਹੁੰਦਾ ਹੈ। ਅਤੇ ਇਸ ਕਰਕੇ ਮੇਰੇ ਪਿੰਡ ਦੇ ਨੌਜਵਾਨਾਂ ਵਿੱਚ ਖੇਡਣ ਦੀ ਰੁਚੀ ਜ਼ਿਆਦਾ ਹੈ ਨਸ਼ਿਆਂ ਦੇ ਐਸ ਕੰਪੈਰੀਜ਼ਨ, ਤਾਂ ਮੈਨੂੰ ਲੱਗਦਾ ਕਿ ਪਿੰਡ ਵਿੱਚ ਵਧੀਆ ਉਪਰਾਲਾ। ਸ਼ਿਵਰਾਜ ਜੀ, ਕਿੰਨਾ ਚਿਰ ਜਿਹੜਾ ਕੈਨੇਡਾ ਰਹਿ ਕੇ ਆਏ ਹੋ, ਕੀ ਸਟੱਡੀ ਕੀਤੀ ਹੈ ਤੁਸੀਂ, ਸਾਰੀ ਜਾਣਕਾਰੀ ਦਿਓ। ਮੈਂ 2021 ਦਸੰਬਰ ਦੇ ਵਿੱਚ ਕੈਨੇਡਾ ਸਟੱਡੀ ਕਰਨ ਗਿਆ ਸੀ। ਮੇਰਾ ਇੰਟਰਨੈਸ਼ਨਲ ਬਿਜ਼ਨਸ ਕੋਰਸ ਸੀ, ਲੈਂਪਟਨ ਕਾਲਜ ਮਿਸੀਸਾਗਾ ਤੋਂ ਮੈਂ ਗ੍ਰੈਜੂਏਟ ਹਾਂ ਜੀ। ਅਤੇ 2.5 ਸਾਲ ਦੀ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਮੈਂ ਵਰਕ ਪਰਮਿਟ ਹਾਸਲ ਕਰਕੇ ਮੈਂ ਆਪਦੇ ਵਤਨ ਪੰਜਾਬ ਪਰਤਿਆ ਵਾਂ। ਕਿਉਂ ਲੋੜ ਪਈ ਵਾਪਸ ਆਉਣ ਦੀ, ਸਰਪੰਚੀ ਕਰਕੇ ਆਏ ਹੋ ਜਾਂ ਕੋਈ ਹੋਰ ਮੁੱਦੇ ਨੇ? ਬਿਲਕੁਲ, ਮੈਂ ਮਾਰਚ 2024 ਨੂੰ ਆਪਦੇ ਵਤਨ, ਆਪਦੇ ਪਿੰਡ, ਆਪਦੇ ਗ੍ਰਹਿ ਵਿਖੇ ਵਾਪਸ ਪਰਤਿਆ ਸੀ। ਇਸ ਦਾ ਕਾਰਨ ਕੋਈ ਵੀ ਸਰਪੰਚੀ ਜਾਂ ਸਰਪੰਚੀ ਦਾ ਇਲੈਕਸ਼ਨ ਨਹੀਂ ਸੀ। ਮੈਂ ਆਪਦੇ ਪੰਜਾਬ ਦੇ ਵਿੱਚ ਆਪਦੇ ਪਰਿਵਾਰ ਨੂੰ, ਆਪਦੇ ਪਰਿਵਾਰ ਦੇ ਨਾਮ ਨੂੰ ਜਿਉਂਦਾ ਰੱਖਣਾ ਚਾਹੁੰਦਾ ਸੀ, ਇਸ ਕਰਕੇ ਮੈਂ ਪੰਜਾਬ ਆਪਦੇ ਵਤਨ ਪਰਤਿਆ ਸੀ। ਪਿਤਾ ਸਰਪੰਚ ਰਹੇ ਨੇਗੇ ਅਤੇ ਹੁਣ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਪਿੰਡ ਨੇ, ਲੱਗਦਾ ਨਹੀਂ ਸੀ ਕਿ ਪਿਤਾ ਨੂੰ ਇਸ ਵਾਰ ਵੀ ਜਿਹੜਾ ਉਹਨਾਂ ਨੂੰ ਤੁਸੀਂ ਦੇਖਦੇ, ਉਹਨਾਂ ਨੂੰ ਤੁਸੀਂ ਪ੍ਰੈਕਟਿਸ ਕਰਦੇ ਉਹਨਾਂ ਨਾਲ, ਦੇਖਦੇ ਕਿਸ ਤਰ੍ਹਾਂ ਸਰਪੰਚੀ ਹੁੰਦੀ ਹੈ, ਲੱਗਦਾ ਨਹੀਂ ਕਿ ਪਹਿਲਾਂ ਉਹਨਾਂ ਤੋਂ ਸਿੱਖਣਾ ਚਾਹੀਦਾ ਸੀ? ਬਿਲਕੁਲ ਜੀ, ਮੇਰੇ ਫਾਦਰ ਸਾਹਿਬ ਨੇ ਇਸ ਪਿੰਡ ਦੀ ਸਰਪੰਚੀ ਕੀਤੀ ਹੈ ਅਤੇ ਇਸ ਦੇ ਨਾਲ ਇਹ ਕਹਿੰਦਾ ਹੋਇਆ ਮੈਂ ਬਿਲਕੁਲ ਵੀ ਝਿਜਕੂੰਗਾ ਕਿ ਨਹੀਂ, ਮੇਰੇ ਪਿਤਾ ਦੀ 30-35 ਸਾਲ ਦੀ ਕਮਾਈ ਹੈ, ਜਿਸ ਬਲਕਿ ਮੇਰੇ ਪਿੰਡ ਨੇ ਮੈਨੂੰ ਇਹ ਸਭ ਤੋਹਫੇ ਦੇ ਵਿੱਚ ਬਖਸ਼ਿਆ ਹੈ ਅਤੇ ਮੇਰੇ ਬਾਪ ਨੇ ਵੀ ਜੋ ਵਧੀਆ ਕੰਮ ਕਾਰ ਪਿੰਡ ਵਿੱਚ ਕੀਤੇ ਸੀ ਅਤੇ ਉਸੇ ਵਿਸ਼ਵਾਸ ਨੂੰ ਜਿਤਾਉਂਦੇ ਹੋਏ ਮੇਰੇ ਪਿੰਡ ਵਾਸੀਆਂ ਨੇ ਮੇਰੇ 'ਤੇ ਮਾਣ ਬਖਸ਼ਿਆ ਹੈ ਅਤੇ ਪਿੰਡ ਵਾਸੀਆਂ ਨੂੰ ਇਹ ਆਸ ਉਮੀਦ ਹੈ ਕਿ ਇਸੇ ਤਰ੍ਹਾਂ ਅਗਲੀ ਪੀੜ੍ਹੀ ਦੇ ਬਾਵਜੂਦ ਵੀ ਇਹ ਬੱਚਾ ਇਸ ਪਿੰਡ ਦੇ ਵਿੱਚ ਵਧੀਆ ਕੰਮ ਕਾਰ ਕਰੂਗਾ। ਸਰਾਜ ਜੀ, ਭਾਈਚਾਰਕ ਸਾਂਝ ਬਹੁਤ ਜ਼ਰੂਰੀ ਹੈ, ਕਿਸ ਤਰ੍ਹਾਂ ਪੰਚਾਇਤ ਕਾਇਮ ਰੱਖੂਗੀ? ਕਿਉਂ? ਬਿਲਕੁਲ ਜੀ, ਭਾਈਚਾਰਕ ਸਾਂਝ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਮੇਰੇ ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਸਰਪੰਚ ਦੀ ਇਹੀ ਨਹੀਂ ਬਲਕਿ ਪੂਰੀ ਪੰਚਾਇਤ ਦੀ ਚੋਣ ਕਰਕੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ, ਜਿਸ ਦੇ ਵਿੱਚ ਚਾਹੇ ਕਿ ਮੇਰੇ ਪਿੰਡ ਦੇ ਵਿੱਚ 9 ਵਾਰਡ ਨੇ, ਸਾਰੇ ਹੀ ਵਾਰਡਾਂ ਵਿੱਚ ਸਰਬਸੰਮਤੀ ਨਾਲ ਮੈਂਬਰ ਚੁਣੇ ਹਨ ਕਿ ਕੋਈ ਵੀ ਮੈਂਬਰ ਜਾਂ ਸਰਪੰਚ ਪਾਰਟੀ ਆਧਾਰਿਤ ਨਹੀਂ ਹੈ, ਪਿੰਡ ਵੱਲੋਂ ਚੁਣੀ ਹੋਈ ਪੰਚਾਇਤ ਹੈ। ਕਿਹੋ ਜਿਹੇ ਕੰਮ ਕੀਤੇ ਜਾਣਗੇ, ਕੀ ਮਨ ਦੇ ਵਿੱਚ ਹੈ ਖਿਆਲ, ਕੋਈ ਵਧੀਆ ਕਰਨਾ? ਬਿਲਕੁਲ, ਸਭ ਤੋਂ ਪਹਿਲਾਂ ਤਾਂ ਮੇਰੇ ਦਿਮਾਗ ਵਿੱਚ ਹੈ ਕਿ ਮੇਰੇ ਪਿੰਡ ਨੂੰ ਹਾਈਵੇ ਤੋਂ ਜਿਹੜੀ ਸੜਕ ਜੋੜਦੀ ਹੈ ਉਹ 1 ਕਿਲੋਮੀਟਰ ਹੈ। ਮੇਰੇ ਪਿੰਡ ਨੂੰ ਦੀ ਵਧੀਆ ਦਿੱਖ ਬਣਾਉਣ ਵਾਸਤੇ ਉਸ 1 ਕਿਲੋਮੀਟਰ ਦੀ ਸੜਕ ਨੂੰ ਮੈਂ ਪੂਰੀ ਆਪਦੀ ਯੋਜਨਾ ਦੇ ਤਹਿਤ ਪੂਰਾ ਵਧੀਆ ਬਣਾਊਂਗਾ ਅਤੇ ਪਿੰਡ ਦੇ ਵਿੱਚ ਨੌਜਵਾਨਾਂ ਲਈ ਲਾਇਬ੍ਰੇਰੀ ਅਤੇ ਵਧੀਆ ਗਰਾਊਂਡ ਦੇ ਨਾਲ ਨਾਲ ਜੋ ਗਰਾਊਂਡ ਤਾਂ ਮੌਜੂਦ ਹੈ ਕਿ ਓਪਨ ਜਿੰਮ ਦੇ ਨਾਲ ਇੱਕ ਵਧੀਆ ਪਾਰਕ ਬੀਬੀਆਂ ਲਈ ਅਤੇ ਮੇਰੀਆਂ ਭੈਣਾਂ ਲਈ ਬਣਵਾਊਂਗਾ ਜੀ। ਮੇਰਾ ਨਾਮ ਕਰਮਜੀਤ ਸਿੰਘ ਹੈ ਜੀ, ਇਹ ਨਗਰ ਗਲੋਟੀ ਆ ਜੀ। ਬਾਕੀ ਗੱਲ ਸਰਪੰਚ ਸਾਹਿਬ ਦੀ, ਇੱਕ ਸੂਝਵਾਨ ਪੜ੍ਹਿਆ ਲਿਖਿਆ ਨੌਜਵਾਨ ਲੜਕਾ ਜੀ, ਬਾਕੀ ਇਹ ਬਾਹਰੋਂ ਤਜਰਬਾ ਲੈ ਕੇ ਆਇਆ ਕਿ ਹਰ ਇੱਕ ਬੰਦਾ ਚਾਹੁੰਦਾ ਵੀ ਸਾਡਾ ਪਿੰਡ ਮਾਡਰਨ ਪਿੰਡ ਬਣੇ ਅਤੇ ਮਾਡਰਨ ਚੀਜ਼ਾਂ ਇਹ ਦੇਖ ਆਇਆ ਨਾਲ, ਬਾਕੀ 1-1 ਅਤੇ 2-11 ਹੁੰਦੇ ਆ ਨਾਲ, ਇਹਨਾਂ ਦੇ ਪਿਤਾ ਜੀ ਆ ਸਰਪੰਚ ਸਾਹਿਬ, ਅਤੇ ਇਹ ਜਿਵੇਂ 1-1, 2-11 ਰਲ ਕੇ ਕੰਮ ਕਰਨਗੇ ਤਾਂ ਕੋਈ ਸ਼ੱਕ ਨਹੀਂ ਕਿ ਬਹੁਤ ਵਧੀਆ ਕੰਮ ਹੋਊਗਾ ਪਿੰਡ ਦੇ ਵਿੱਚ। 1-1, 11 ਹੁੰਦੇ ਆ ਪਰ ਪੰਚਾਇਤ ਜਿਹੜੇ ਮੈਂਬਰ ਨੇ ਉਹ ਵੀ ਸਰਬਸੰਮਤੀ ਨਾਲ ਚੁਣੇ ਗਏ ਨੇ, ਲੱਗਦਾ ਨਹੀਂ 3-1 ਹੋ ਜਾਣਗੇ ਤਾਂ 111 ਬਣ ਕੇ ਤਾਂ ਸ਼ਗਨ ਮਿਲ ਜੂਗਾ ਵਧੀਆ। ਹਾਂ ਜੀ, ਉਹ ਤਾਂ ਬਹੁਤ ਲੰਬੀ ਗੱਲ ਹੋ ਜਾਣੀ ਆ ਜੀ, ਫਿਰ ਇਹ ਤਾਂ ਮਤਲਬ ਕਿ ਪਿੱਛੇ ਪਾਵਰ ਹੈ ਨਾ ਪੂਰੀ। ਹਾਂਜੀ, ਤਜਰਬਾ ਸਾਂਝਾ ਉਹਨਾਂ ਨੇ ਤਾਂ ਤਜਰਬਾ ਦੇਣਾ, ਜਿਹੜੇ ਨਾਲ ਮੈਂਬਰ ਨੇ ਸਾਰੇ ਵਿੱਚ ਸਾਡੇ ਖੜੇ ਚਾਚਾ ਜੀ ਖੜੇ ਨੇ, ਇਹਨਾਂ ਕੋਲ ਪੂਰਾ ਤਜਰਬਾ, ਇਹ ਮਤਲਬ ਕਿ ਉਹਨਾਂ ਤਜਰਬੇ ਦੇ ਨਾਲ ਹੀ ਜਿਹੜਾ ਆਪਣਾ ਤਜਰਬਾ ਲੈ ਕੇ ਆ ਉਹ ਤਾਂ ਹੈਗਾ ਹੀ ਹੈਗਾ, ਜਿਹੜਾ ਇਹਨਾਂ ਬਜ਼ੁਰਗਾਂ ਦਾ ਤਜਰਬਾ ਉਹ ਲੈ ਕੇ ਹੋਰ ਵੀ ਸੋਨੇ 'ਤੇ ਸੁਹਾਗਾ ਹੋ ਜੂਗਾ ਜੀ। ਪਿੰਡ ਵਾਸੀਆਂ ਦਾ ਸਹਿਯੋਗ ਮੰਗਿਆ ਸਰਪੰਚ ਸਾਹਿਬ ਨੇ, ਕਹਿੰਦੇ ਕਿ ਪਿੰਡ ਵਾਸੀਆਂ ਦਾ ਸਹਿਯੋਗ ਚਾਹੀਦਾ, ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਚੁਣਿਆ, ਪਰ ਕਈ ਵਾਰੀ ਕਈ ਇਹੋ ਜਿਹੇ ਮੁੱਦੇ ਆ ਜਾਂਦੇ ਨੇਗੇ ਪਿੰਡ ਵਾਸੀਆਂ ਨੂੰ, ਕਈ ਵਾਰੀ ਹੁੰਦਾ ਕਿ ਇਹ ਚੀਜ਼ ਨਾ ਹੋਵੇ ਪਿੰਡ 'ਚ, ਸਰਪੰਚ ਸਾਹਿਬ ਕਰਾਉਣਾ ਚਾਹੁੰਦੇ ਹੋਣੇ, ਕਈ ਵਾਰੀ ਉਸ ਤਰ੍ਹਾਂ ਨਾਲ ਕਿਸ ਤਰ੍ਹਾਂ ਦੇਖਦੇ ਹੋ ਚੀਜ਼? ਨਹੀਂ ਜੀ, ਸਾਨੂੰ ਨਹੀਂ ਲੱਗਦਾ ਜਿਵੇਂ ਇਸ ਤਰ੍ਹਾਂ ਹੁਣ ਪਿੰਡ, ਹਰੇਕ ਪਿੰਡ 'ਚ ਧੜੇਬੰਦੀ ਹੁੰਦੀ ਹੈ, ਹੁਣ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਰੀਆਂ ਪਾਰਟੀਆਂ ਦੇ ਲੋਕ ਇੱਕ ਥਾਂ 'ਤੇ ਇੱਕ ਪਲੇਟਫਾਰਮ 'ਤੇ ਇਕੱਠੇ ਹੋਏ ਆ, ਇੱਕ ਸਰਬਸੰਮਤੀ ਸਾਂਝੀ ਪੰਚਾਇਤ ਚੁਣੀ ਹੈ। ਮੈਨੂੰ ਲੱਗਦਾ ਵੀ ਅੱਗੇ ਵੀ ਜਿਸ ਤਰ੍ਹਾਂ ਦੇ ਮੁੱਦੇ ਆਉਣਗੇ ਉਹ ਇਸੇ ਤਰ੍ਹਾਂ ਹੀ ਇਕੱਠੇ ਰਲ ਮਿਲ ਕੇ ਬਹਿ ਕੇ ਉਹਨਾਂ ਨੂੰ ਹੱਲ ਕਰਨਗੇ। ਕੰਮ ਕਿਹੜੇ ਕਿਹੜੇ ਹੋਣ ਵਾਲੇ ਆ ਪਿੰਡ ਦੇ ਵਿੱਚ ਜਿਹੜੇ ਖਾਸ ਨੇ? ਕੰਮ ਜੀ, ਪਿੰਡਾਂ ਦੀਆਂ ਬੁਨਿਆਦੀ ਸਹੂਲਤਾਂ ਹੁੰਦੀਆਂ, ਇੱਕ ਜਾਂ ਜਿਵੇਂ ਸਰਕਾਰਾਂ ਵੱਲੋਂ ਕੋਈ ਪ੍ਰੋਗਰਾਮ ਆਉਂਦੇ ਆ
ਪੈਨਸ਼ਨਾਂ ਹੁੰਦੀਆਂ ਜਾਂ ਕੋਈ ਹੋਰ ਹੈ, ਬਾਕੀ ਮਾਡਲ ਗ੍ਰਾਮ ਬਣਾਉਣਾ ਵਾ ਅਤੇ ਨਸ਼ਿਆਂ ਦਾ ਮੁੱਦਾ, ਬੇਰੁਜ਼ਗਾਰੀ ਦਾ ਮੁੱਦਾ, ਇਹਨਾਂ ਸਾਰਿਆਂ ਮੁੱਦਿਆਂ 'ਤੇ ਰਲ ਮਿਲ ਕੇ ਮਤਲਬ ਕਿ ਪੰਚਾਇਤ ਇਹ ਯੰਗ ਮੁੰਡਾ ਇਹ ਕੰਮ ਕਰਨਗੇ। ਜਿਹੜਾ ਮੇਰੇ ਕੋਲ ਤਜਰਬਾ ਹੈਗਾ ਉਹਦੇ ਨਾਲ ਸ਼ੇਅਰ ਕਰਾਂਗੇ, ਸਾਰੇ ਪਿੰਡ ਨਾਲ ਸ਼ੇਅਰ ਕਰਾਂਗੇ ਜੀ। ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜੋ ਪਿੰਡ ਦੇ ਜਿਸ ਤਰ੍ਹਾਂ ਕੋਈ ਸਾਫ਼ ਸਫਾਈ ਦੇ ਜਾਂ ਕੋਈ ਹੋਰ ਕੰਮਾਂ ਕਰਾਂ ਮੁੱਦੇ, ਜਿੱਥੇ ਵੀ ਜ਼ਰੂਰਤ ਹੋਊਗੀ ਨਾਲ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਪੰਚਾਇਤ ਦੇ ਨਾਲ ਜਿੰਨਾ ਵੀ ਸਹਿਯੋਗ ਮੰਗਣ ਨਾਲ ਦੇਵਾਂਗੇ ਜੀ। ਪਹਿਲਾਂ ਕਿਹਾ ਕਿ ਸਭ ਤੋਂ ਪਹਿਲਾਂ ਜਿਹੜੀ ਸੜਕ ਹੈ ਰੋਡ ਨਾਲ ਜੁੜਦੀ ਹੈ, 1 ਕਿਲੋਮੀਟਰ ਸਟ੍ਰੈਚ ਹੈ, ਉਸ ਨੂੰ ਸਭ ਤੋਂ ਪਹਿਲਾਂ ਜਿਹੜਾ ਉਹਦਾ ਨਵੀਨੀਕਰਨ ਕੀਤਾ ਜਾਊਗਾ, ਪੌਦੇ ਲਾਏ ਜਾਣਗੇ ਜਾਂ ਸੜਕ ਨਵੀਂ ਬਣਾਈ ਜਾਊ, ਕਿਸ ਤਰ੍ਹਾਂ ਉਸਨੂੰ ਜਿਹੜਾ ਨਵੀਨੀਕਰਨ ਹੋਊਗਾ? ਦੇਖੋ ਉਹਦੇ 'ਚ ਪੌਦੇ ਵੀ ਨਵੇਂ ਲਾਏ ਜਾਣਗੇ, ਜਿਸ ਤਰ੍ਹਾਂ ਉਹਦੇ ਸਾਈਡਾਂ 'ਤੇ ਇੰਟਰਲੋਕ ਉਹਦਾ ਨਵੀਨੀਕਰਨ ਇਸ ਤਰ੍ਹਾਂ ਦਾ ਕਰਾਂ ਜਿਹੜਾ ਵਧੀਆ ਲੋਕੇਸ਼ਨ ਬਣੇ, ਉੱਥੋਂ ਪਤਾ ਲੱਗੇ ਜਦੋਂ ਅਸੀਂ ਰੋਡ ਹਾਈਵੇ ਤੋਂ ਥੱਲੇ ਉਤਰਾਂਗੇ ਵੀ ਇੱਧਰ ਪਿੰਡ ਗਲੋਟੀ ਹੈਗਾ, ਇਸ ਇੱਧਰ ਨੂੰ ਰੋਡ ਜਾਂਦਾ, ਇਸ ਤਰ੍ਹਾਂ ਦੀ ਦਿੱਖ ਬਣਾਉਣੀ ਚਾਹੁੰਦੇ ਹਾਂ ਅਸੀਂ। ਉੱਥੇ ਇੱਕ ਪਿੰਡ ਚੱਕਰ ਹੈ, ਉਸਨੂੰ ਅਵਾਰਡ ਵੀ ਮਿਲ ਚੁੱਕੇ ਨੇ ਉਹਦੀ ਸੁੰਦਰਤਾ ਕਰਕੇ, ਲੱਗਦਾ ਕਿ 22 ਸਾਲਾ ਸਰਪੰਚ ਜਿਹੜਾ ਪਿੰਡ ਦੀ ਨੁਹਾਰ ਬਦਲ ਕੇ ਇੱਕ ਫਿਰ ਤੋ ਇਸਨੂੰ ਪਿੰਡ ਨੂੰ ਜਿਹੜਾ ਉਸ ਪਿੰਡ ਵਾਂਗ ਜਿਹੜਾ ਨਵਾਂ ਵਧੀਆ ਬਣਾਊਗਾ ਅਤੇ ਨਾਲ ਦੀ ਨਾਲ ਅਵਾਰਡ ਜਿਹੜਾ ਦਵਾਊਗਾ? ਅਸੀਂ ਕੋਸ਼ਿਸ਼ ਕਰਾਂਗੇ ਵੀ ਉਹ ਪਿੰਡ ਦੇ ਵਿਜਿਟ ਵੀ ਕੀਤਾ ਜਾਵੇ, ਉਹ ਪਿੰਡ ਨੂੰ ਦੇਖਿਆ ਜਾਵੇ, ਫਿਰ ਉਸ ਤੋਂ ਬਾਅਦ 'ਚ ਅਸੀਂ NRI ਵੀਰਾਂ ਨਾਲ ਵੀ ਉਹਨਾਂ ਤੋਂ ਵੀ ਸਹਿਯੋਗ ਲਵਾਂਗੇ ਅਤੇ ਹੋਰ ਵੀ ਜਿਹੜਾ ਜਿਸ ਤਰ੍ਹਾਂ ਸੱਕਾਂ ਵਾਲੀ ਪਿੰਡ ਦਾ ਨਾਂ ਆਉਂਦਾ, ਹੋਰ ਪਿੰਡ ਆਉਂਦੇ, ਕੋਸ਼ਿਸ਼ ਕਰਾਂਗੇ ਉਹਨਾਂ ਪਿੰਡਾਂ 'ਚ ਵਿਜਿਟ ਕਰਕੇ ਅਤੇ ਉਹ ਉਸ ਨਮੂਨੇ ਦਾ ਇਹ ਵੀ ਪਿੰਡ ਬਣਾਇਆ ਜਾਵੇ। ਗੰਦੇ ਪਾਣੀ ਦੀ ਨਿਕਾਸੀ ਜਿਹੜੀ ਹੈ ਪਿੰਡਾਂ 'ਚ ਆਮ ਜਿਹੜੀ ਹੈ, ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ, ਆਪਣੇ ਪਿੰਡ ਦਾ ਕੀ ਹਾਲ ਹੈ? ਆਪਣੇ ਪਿੰਡ ਦਾ 4.5 ਕਿੱਲੇ ਦਾ ਛੱਪੜ ਆ ਜੀ, ਅੱਜ ਤਾਂ ਚੱਲਦਾ, ਪਰ ਉਹਦੇ ਲਈ ਵੀ ਸੋਚਾਂ ਉਹਦਾ ਕੋਈ ਟ੍ਰੀਟਮੈਂਟ ਪਲਾਂਟ ਲਾਉਣ ਬਾਰੇ ਜਾਂ ਕਿਸ ਤਰ੍ਹਾਂ ਸੋਚਾਂਗੇ ਵੀ ਉਹਦਾ ਵੀ ਕੋਈ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਕੀਤਾ ਜਾਵੇ। ਸਟੇਡੀਅਮ ਦੀ ਗੱਲ ਕੀਤੀ, ਸਟੇਡੀਅਮ ਬਹੁਤ ਸੋਹਣਾ ਅਤੇ ਬਹੁਤ ਖੂਬਸੂਰਤ ਬਣਿਆ ਬਾਬਾ ਜੀ ਦੀ ਰਹਿਨੁਮਾਈ ਹੇਠ ਖੁਸੇ ਵਾਲੇ ਸੰਤਾਂ ਦੀ, ਪਿੰਡ ਦੇ ਲੋਕ ਨੌਜਵਾਨ ਉੱਥੇ ਜਾਂਦੇ ਨੇਗੇ, ਹੋਰ ਕੀ ਉਪਰਾਲੇ ਜਿਹੜੇ ਕੀਤੇ ਜਾਣਗੇ ਖੇਡਾਂ ਪ੍ਰਤੀ ਲੋਕਾਂ ਨੂੰ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਅਤੇ ਨਾਲ ਦੀ ਨਸ਼ਿਆਂ ਤੋਂ ਦੂਰ ਰਹਿਣ ਲਈ? ਸਾਡੇ ਉੱਥੇ ਗਰਾਊਂਡ ਦੇ ਵਿੱਚ ਇੱਕ ਸਿੰਥੈਟਿਕ ਸਟੇਡੀਅਮ ਬਣਨਾ ਜੀ, ਉਹ ਅੱਗੇ ਜਦੋਂ ਇੱਥੇ ਰਾਣਾ ਸੋਢੀ ਆਏ ਸੀਗੇ ਸ਼ਹੀਦ ਜੈਮਲ ਸਿੰਘ ਦੇ ਸੰਸਕਾਰ 'ਤੇ, ਉਹਨਾਂ ਨੇ ਅਨਾਊਂਸ ਕੀਤਾ ਸੀ ਉਹ ਵੀ ਜਲਦ ਬਣ ਰਿਹਾ ਸਾਡੇ ਪਿੰਡ, ਬਹੁਤ ਵੱਡਾ 6 ਕਿੱਲੇ ਔਰ ਪਹਿਲਾਂ ਦਿੱਤਾ ਗਰਾਊਂਡ ਨੂੰ, 4 ਕਿੱਲੇ ਸਾਡੇ ਨਾਲ ਹੋਰ ਆ, ਉਹ ਵੀ ਦੇਵਾਂਗੇ। ਇਸ ਪਾਸੇ ਖੇਡਾਂ ਨੂੰ ਅਸੀਂ ਬਹੁਤ ਜ਼ਿਆਦਾ ਵੱਡੇ ਲੈਵਲ 'ਤੇ ਉਤਸ਼ਾਹਿਤ ਕਰ ਲਿਆ, ਜਿਹਦੇ ਬਹੁਤ ਵੱਡਾ ਜਿਹੜਾ ਸਹਿਯੋਗ ਆ ਖੋਸੇ ਵਾਲੇ ਸੰਤ ਬਾਬਾ ਗੁਰਮੀਤ ਸਿੰਘ ਜੀ ਦਾ।